ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਭ ਪੰਜਾਬ, ਮੈਂ ਜਿੰਦੀ ਮਰਚਣੀ। ਅਤੇ ਅੱਜ ਸੰਡੇ ਵਾਲੇ ਦਿਨ ਆਪਾਂ ਨੂੰ ਪਤਾ ਕਿ ਪੰਜਾਬ ਭਰ ਦੇ ਵਿੱਚ ਲੋਕਡਾਊਨ ਲਾਇਆ ਹੋਇਆ ਆ। ਕਈ ਏਰੀਆ ਦੇ ਵਿੱਚ ਕੰਪਲੀਟ ਲੋਕਡਾਊਨ ਆ, ਕਈਆਂ ਥਾਂ 'ਤੇ ਆਵਾਜਾਵੀ ਜਿਹੜੀ ਹੈਗੀ ਆ ਉਹ ਆ ਸਕਦੇ, ਬਟ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਬੰਦ ਆ। ਇਸ ਟਾਈਮ ਅਸੀਂ ਖੜ੍ਹੇ ਹੋਏ ਹਾਂ ਮੋਹਾਲੀ 'ਤੇ 3B2 ਫੇਜ 7 ਦੇ ਵਿੱਚ, ਅਤੇ ਆਪਣੇ ਪਿੱਛੇ ਦੇਖ ਲਓ ਦੁਕਾਨਾਂ ਜਿਹੜੀਆਂ ਹੈਗੀਆਂ ਆ ਸਾਰੀਆਂ ਹੀ ਬੰਦ ਆ। ਕਿਤੇ ਨਾ ਕਿਤੇ ਜਿਹੜਾ ਦੇਖਣ ਨੂੰ ਆ ਰਿਹਾ ਆ ਕਿ ਦੁਕਾਨਾਂ ਵਾਲੇ ਜਿਹੜੇ ਆਪਣਾ ਮਾੜਾ ਮੋਟਾ ਕੰਮ ਜਿਹੜਾ ਹੈਗਾ ਆ, ਕੋਈ ਰਿਪੇਅਰਿੰਗ ਦਾ ਜੋ ਕੁਛ ਉਹ ਕਰ ਰਹੇ ਆ, ਅਤੇ ਬਾਕੀ ਜਿਹੜੀ ਜਿੰਨੇ ਵੀ ਦੁਕਾਨਾਂ ਇੱਥੇ ਹੈਗੀਆਂ ਆ ਸਾਰੀਆਂ ਹੀ ਬੰਦ ਆ। ਅਤੇ ਦੌਰਾ ਆਪਾਂ ਕਰਾਂਗੇ ਇੱਥੇ ਦਾ ਕਿ ਕਿਹੜੀਆਂ ਕਿਹੜੀਆਂ ਦੁਕਾਨਾਂ, ਜਿੱਦਾਂ ਕਹਿੰਦੇ ਹੁੰਦੀ ਆ ਪਿਛਲੀ ਮੋਰੀ ਥਾਣੀ ਸਮਾਨ ਵੇਚ ਰਹੀਆਂ ਆ। ਕੋਸ਼ਿਸ਼ ਕਰਾਂਗੇ ਵੀ ਕੋਈ ਨਾ ਕੋਈ ਤਾਂ ਇੱਦਾਂ ਦਾ ਹੋਣਾ ਹੀ ਆ ਕਿ ਆਪਣੇ ਜਿਹੜੇ ਹੁੰਦੇ ਜਿੱਦਾਂ ਕਹਿੰਦੇ ਹੁੰਦੇ ਨਾ ਪੰਜਾਬੀ ਜਿਹੜੇ ਆ ਉਹ ਰਹਿ ਨਹੀਂ ਸਕਦੇ ਹੁੰਦੇ, ਤਾਂ ਕੋਸ਼ਿਸ਼ ਕਰਾਂਗੇ ਘੁੰਮ ਕੇ ਦਿਖਾਵਾਂਗੇ ਤੁਹਾਨੂੰ ਜੇ ਕੋਈ ਇੱਦਾਂ ਦਾ ਆਪਾਂ ਨੂੰ ਲੱਭਦਾ ਆ ਕਿ ਜਿਹੜਾ ਪਿਛਲੇ ਭੀੜੀ ਗਲੀ ਥਾਣੀ ਪਿਛਲੇ ਛੋਟੀ ਮੋਰੀ ਥਾਣੀ ਆਪਾਂ ਜਿੱਦਾਂ ਕਹਿ ਲਈਏ ਕਿ ਸਮਾਨ ਜਿਹੜਾ ਨਿਕਲ ਰਿਹਾ ਆ। ਅਤੇ ਚੱਲਦੇ ਹਾਂ ਅਤੇ ਕਰਦੇ ਹਾਂ 3B2 ਦੀਆਂ ਜਿਹੜਾ ਦੁਕਾਨਾਂ ਆ ਉਹਨਾਂ ਦੀ ਸੈਰ, ਆ ਜਾਓ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਤੁਹਾਨੂੰ। ਦੁਕਾਨਾਂ ਤਾਂ ਬੰਦ ਆ, ਬਟ ਜਿਹੜਾ ਇਹਨਾਂ ਦਾ ਕੰਮ ਹੈਗਾ ਰਿਪੇਅਰਿੰਗ ਦਾ ਕਰ ਰਹੇ ਆ ਜਾਂ ਸ਼ੋਪ ਫਿਟਿੰਗ ਦਾ ਜਿਹੜਾ ਕੰਮ ਆ ਚੱਲ ਰਹੇ ਆ, ਅਤੇ ਬਾਕੀ ਦੁਕਾਨਾਂ ਜਿਹੜੀਆਂ ਹੈਗੀਆਂ ਦੇਖਣ ਨੂੰ ਆ ਰਹੀਆਂ ਆ ਬੰਦ। ਅਤੇ ਨਾਲ ਦੀ ਨਾਲ ਇੱਥੇ ਜਿਹੜੀ ਇੰਨੀ ਕੁ ਪਬਲਿਕ ਹੁੰਦੀ ਆ ਆਮ ਡਿਊਰਿੰਗ ਦ ਡੇ, ਬਟ ਹੁਣ ਬਹੁਤ ਹੀ ਘੱਟ ਲੋਕ ਇੱਥੇ ਦੇਖਣ ਨੂੰ ਮਿਲ ਰਹੇ ਆ। ਗੱਪਾਂ ਛੱਪਾਂ ਲਾਉਣ ਨੂੰ ਇੱਕ ਜਿੱਦਾਂ ਟੋਲੇ ਵੀ ਲੱਗ ਕੇ ਬੈਠੇ ਹੋਏ ਆ, ਉਹ ਵੀ ਤੁਹਾਨੂੰ ਦਿਖਾਲਦੇ ਹਾਂ, ਬਟ ਆਵਾਜਾਵੀ ਜਿਹੜੀ ਆ ਸੜਕ ਦੇ ਉੱਪਰ ਉਹ ਵੀ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਹੀ ਆ। ਅਤੇ ਇੱਧਰਲੇ ਪਾਸੇ ਛਾਂ ਦੇ ਥੱਲੇ ਦੋਸਤ ਮਿੱਤਰ ਜਿਹੜੇ ਹੈਗੇ ਆ ਬੈਠੇ ਆ ਆਪਣੀ ਗੱਪ ਛੱਪ ਲਾਉਣ ਵਾਸਤੇ, ਤਾਂ ਇੱਦਾਂ ਹੀ ਕਾਰਾਂ ਦੇ ਵਿੱਚ ਥੋੜ੍ਹੇ ਥੋੜ੍ਹੇ ਲੋਕ ਜਿਹੜੇ ਹੈਗੇ ਆ ਬੈਠੇ ਆ, ਬਟ ਦੁਕਾਨਾਂ ਸਾਰੀਆਂ ਜਿਹੜੀਆਂ ਤੁਹਾਨੂੰ ਦਿਖਾ ਦਿੱਤੀਆਂ ਕਿ ਬੰਦ ਹੈਗੀਆਂ। ਅੱਗੇ ਵੀ ਚੱਲਾਂਗੇ, ਅੱਗੇ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ। ਦੋਸਤੋ ਆਪ ਦੇਖ ਸਕਦੇ ਹਾਂ ਕਿ ਦੁਕਾਨਾਂ ਜਿਹੜੀਆਂ ਹੈਗੀਆਂ ਆ ਸਭ ਬੰਦ ਆ, ਅਤੇ ਕਿਤੇ ਨਾ ਕਿਤੇ ਦੇਖਣ ਨੂੰ ਲੱਗਦਾ ਕਿ ਸ਼ਟਰ ਜਿੱਦਾਂ ਅੱਧੇ ਕੁ ਲਿਫਟ ਕੀਤੇ ਹੋਏ ਆ, ਚਾਹੇ ਉਹਦੇ ਵਿੱਚ ਕੰਮ ਕਰ ਰਹੇ ਆ ਜਾਂ ਕੁਛ ਆਪਣਾ ਮੈਡੀਕਲ ਸਟੋਰ ਲੱਗਦਾ ਆ ਕਿ ਸ਼ਾਇਦ ਮੈਡੀਕਲ ਸਟੋਰ ਜਿਹੜਾ ਹੈਗਾ ਉਹਦੇ ਵਿੱਚ ਫੈਸਿਲਿਟੀਸ ਹੈਗੀਆਂ ਆ, ਬਟ ਇਹਦੇ ਉੱਤੇ ਦੇਖਣ ਨੂੰ ਤਾਂ ਲੱਗਦਾ ਆ ਕਿ ਸੁਪਰ ਮਾਰਕੀਟ ਆ। ਅਤੇ ਸੁਪਰ ਮਾਰਕੀਟ ਦੇ ਵਿੱਚ ਜਿਹੜਾ ਅੰਦਰ ਸ਼ਾਇਦ ਹੋਮ ਡਿਲੀਵਰੀ ਵਾਸਤੇ ਪੈਕਿੰਗ ਹੁੰਦੀ ਹੋਊਗੀ। ਜਿੱਦਾਂ ਵੀ ਆਪਾਂ ਦੋਸਤੋ ਅੱਗੇ ਤੁਰੇ ਜਾਂਦੇ ਹਾਂ ਤਾਂ ਦੁਕਾਨਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ ਕਿ ਸਾਰੀਆਂ ਬੰਦ ਆ, ਅਤੇ ਬਹੁਤ ਹੀ ਘੱਟ ਪਬਲਿਕ ਤਾਂ ਆਪਾਂ ਜਿੱਦਾਂ ਕਹਿ ਲਈਏ ਕਿ ਬਿਲਕੁਲ ਹੀ ਦੇਖਣ ਨੂੰ ਮਿਲਦੀ ਨਹੀਂ ਤੁਹਾਨੂੰ। ਵੀ ਕਾਰ ਪਾਰਕਿੰਗ ਦੇ ਵਿੱਚ ਵੀ ਦਿਖਾ ਦਿੰਦੇ ਇੱਧਰਲੇ ਪਾਸੇ ਦਰਖਤ ਦੇ ਥੱਲੇ ਜਿਹੜੇ ਹੈਗੇ ਆ ਦੋਸਤ ਮਿੱਤਰ ਜਿਹੜੇ ਆਪਣੀ ਗੱਪ ਛੱਪ ਲਾਉਣ ਵਾਸਤੇ ਖੜ੍ਹੇ ਹੋਏ ਆ, ਬਟ ਇਹ ਏਰੀਆ ਦੋਸਤੋ ਆਹ ਜਿਹੜਾ 3B2 ਦਾ ਹੈਗਾ ਇੰਨੀ ਕੁ ਪਬਲਿਕ ਹੁੰਦੀ ਆ, ਕਿਉਂਕਿ ਇੱਥੇ ਆਪਾਂ ਨੂੰ ਸਭ ਨੂੰ ਪਤਾ ਕਿ ਰੈਸਟੋਰੈਂਟਸ ਹੈਗੇ ਆ, ਢਾਬੇ ਹੈਗੇ ਆ, ਜਿੱਥੇ ਦੁਪਹਿਰ ਦਾ ਟਾਈਮ ਜਿਹੜਾ ਹੈਗਾ ਆ ਲੰਚ ਕਰਨ ਦੀ ਇੰਨੀ ਕੁ ਭੀੜ ਲੱਗੀ ਹੁੰਦੀ ਆ ਕਿ ਆਪਾਂ ਕਹਿ ਨਹੀਂ ਸਕਦੇ। ਬਟ ਇਸ ਟਾਈਮ ਜਿੱਦਾਂ ਕਹਿੰਦੇ ਹੁੰਦੇ ਆ ਕਿ ਇੱਕ ਗੋਸਟ ਟਾਊਨ ਬਣ ਚੁੱਕਾ ਆ, ਪਬਲਿਕ ਜਿਹੜੀ ਹੈਗੀ ਆ ਦੇਖਣ ਨੂੰ ਨਹੀਂ ਮਿਲ ਰਹੀ, ਬਟ ਇਹ ਅਚੰਬੇ ਵਾਲੀ ਗੱਲ ਹੈਗੀ ਆ। ਦੂਜੇ ਪਾਸੇ ਇਹ ਦੇਖਿਆ ਜਾਵੇ ਕਿ ਜਿਹੜਾ ਲੋਕਡਾਊਨ ਹੈਗਾ ਆ ਸਾਡੀ ਹੀ ਸਹੂਲਤਾਂ ਵਾਸਤੇ, ਸਾਡੀ ਹੀ ਪ੍ਰਿਕੋਸ਼ਨ ਵਾਸਤੇ ਕੀਤੇ ਗਏ ਆ ਗਵਰਨਮੈਂਟ ਵੱਲੋਂ ਉਪਰਾਲੇ, ਅਤੇ ਇਹਦਾ ਸਾਨੂੰ ਜਿਹੜਾ ਹੈਗਾ ਭਰਮਾ ਹੁੰਗਾਰਾ ਦੇਣਾ ਚਾਹੀਦਾ, ਸਾਥ ਦੇਣਾ ਚਾਹੀਦਾ ਗਵਰਨਮੈਂਟ ਦਾ ਜਦੋਂ ਲੋਕਡਾਊਨ ਲੱਗਦੇ ਆ। ਅਤੇ ਦੋਸਤੋ ਜਿੱਦਾਂ ਆਪਾਂ ਨੂੰ ਪਤਾ ਆ ਕਿ ਬਾਕੀ ਜਿੰਨੇ ਵੀ ਸੂਬੇ ਆ, ਭਾਵੇਂ ਆਪਾਂ ਗੱਲ ਕਰੀਏ ਦਿੱਲੀ ਦੀ ਅਤੇ ਭਾਵੇਂ ਆਪਾਂ ਗੁਜਰਾਤ ਦੀ ਅਤੇ ਬੰਗਾਲ ਦੀ, ਉੱਧਰਲੇ ਪਾਸੇ ਬੰਬੇ ਵੱਲੋਂ ਵੀ ਆਪਾਂ ਨੂੰ ਤਸਵੀਰਾਂ ਆਈਆਂ ਇੰਨੀਆਂ ਕਿ ਬਹੁਤ ਹੀ ਉੱਥੇ ਬੁਰੀ ਹਾਲਤ ਹੈਗੀ ਆ, ਬਟ ਫਿਰ ਵੀ ਆਪਾਂ ਕਹੀਏ ਕਿ ਰੱਬ ਦਾ ਸ਼ੁਕਰ ਹੈ ਜਾਂ ਪਬਲਿਕ ਹੀ ਆਪਣੀ ਇੰਨੀ ਕੁ ਸਮਝਦਾਰ ਇੱਥੇ ਹੈਗੀ ਆ ਕਿ ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਨੂੰ ਇੱਦਾਂ ਦਾ ਕੁਛ ਦੇਖਣ ਨੂੰ ਜਿਹੜਾ ਨਹੀਂ ਮਿਲਦਾ। ਅਤੇ ਦੋਸਤੋ ਜਿੱਦਾਂ ਤੁਹਾਨੂੰ ਪਤਾ ਕਿ 3B2 ਦੀ ਮਾਰਕੀਟ ਦੇ ਵਿੱਚ ਅਸੀਂ ਇਸ ਟਾਈਮ ਆਏ ਹੋਏ ਹਾਂ ਮੋਹਾਲੀ, ਅਤੇ ਸਾਡੇ ਨਾਲ ਸਾਡੇ ਵੀਰ ਖੜ੍ਹੇ ਆ, ਅਤੇ ਪਿੱਛੇ ਇਹਨਾਂ ਦਾ ਢਾਬਾ ਆ ਪਾਲ ਢਾਬਾ, ਅਤੇ ਪਾਲ ਢਾਬੇ ਦੇ ਮਾਲਕ ਹੈਗੇ ਆ।
ਤੇ ਕਰਦੇ ਆ ਗੱਲਬਾਤ ਇਹਨਾਂ ਦੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਅੱਜ ਜਿੱਦਾਂ ਆਪਾਂ ਨੂੰ ਪਤਾ ਕਿ ਲੋਕਡਾਊਨ ਲੱਗਾ ਹੋਇਆ, ਦੁਕਾਨਾਂ ਸਾਰੀਆਂ ਬੰਦ ਆ, ਤੇ ਤੁਹਾਡਾ ਢਾਬਾ ਆ, ਹਾਂਜੀ, ਫਿਰ ਤੁਹਾਡੇ ਜਿੱਦਾਂ ਕਸਟਮਰ ਬਿਲਕੁਲ ਹੀ ਬੰਦ ਕੀਤਾ ਹੋਇਆ ਜਾਂ ਹੋਮ ਡਿਲੀਵਰੀ ਚੱਲਦੀਆਂ? ਹੋਮ ਡਿਲੀਵਰੀ ਟੇਕ ਵੀ ਜਿਹੜਾ ਜੋਮੈਟੋ ਚੱਲ ਰਿਹਾ ਉਹ ਤਾਂ ਚੱਲ ਰਿਹਾ, ਤੇ ਜਿਹੜੇ ਸਾਡੇ ਕੋਲ ਮੁੰਡੇ ਹੈਗੇ ਆ ਵਿਚਾਰੇ, ਉਹਨਾਂ ਨੂੰ ਵੀ ਕੁਝ ਖਾਣ ਪੀਣ ਵਾਸਤੇ ਤਾਂ ਚਾਹੀਦਾ ਹੀ ਹੈਗਾ ਜ਼ਰੂਰੀ, ਤੇ ਇਸ ਕਰਕੇ ਮੈਂ ਉਹਨਾਂ ਨੂੰ ਵੀ ਦੇਣ ਆਇਆ ਸੀ। ਨਾਲੇ ਮੈਂ ਕਿਹਾ ਦੇਖ ਲਈਏ, ਚਲੋ ਜੇ ਮਾਰਕੀਟ ਪ੍ਰੋਪਰ ਬੰਦ ਹੈ, ਪੂਰਾ ਸਹਿਯੋਗ ਦੇ ਰਹੇ ਆ ਸਾਰੇ ਮਾਰਕੀਟ ਵਾਲੇ, ਮਗਰ ਚੰਡੀਗੜ੍ਹ ਖੁੱਲ੍ਹ ਗਿਆ ਤਾਂ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਵੀ ਖੁੱਲ੍ਹਣਾ ਚਾਹੀਦਾ ਸੈਚਰਡੇ ਸੰਡੇ, ਸੰਡੇ ਦਾ। ਅਤੇ ਤੁਹਾਨੂੰ ਕੀ ਲੱਗਦਾ ਆ ਕਿ ਗਵਰਨਮੈਂਟ ਜਿਹੜੀ ਇੱਕ ਦਿਨ ਦੀ ਲੋਕਡਾਊਨ ਲਾ ਦਿੰਦੀ ਆ, ਪਿੱਛੇ ਜੇ ਇੱਕ ਦਿਨ ਬੁੱਧਵਾਰ ਨੂੰ ਮੇਰੇ ਖਿਆਲ ਲੱਗਾ ਸੀਗਾ ਲੋਕਡਾਊਨ, ਅਤੇ ਹੁਣ ਸਪੈਸ਼ਲੀ ਵੀਕਐਂਡ 'ਤੇ ਜਿਹੜਾ ਹੈਗਾ, ਵੀਕਐਂਡ 'ਤੇ ਲੋਕ ਬਾਹਰ ਨਿਕਲਦੇ ਖਾਣ ਪੀਣ ਨੂੰ ਜਾਂ ਸ਼ੋਪਿੰਗ ਕਰਨ ਵਾਸਤੇ, ਅਤੇ ਇਹ ਲੋਕਡਾਊਨ ਲੈ ਕੇ ਤੁਹਾਨੂੰ ਕਿੰਨਾ ਕੁ ਜਿੱਦਾਂ ਬਿਜ਼ਨਸ ਵਿੱਚ ਘੱਟ ਪੈਂਦਾ? ਵੀਕਐਂਡ 'ਤੇ ਤਾਂ ਨਹੀਂ ਲਗਾਉਣਾ ਚਾਹੀਦਾ, ਇਹਨਾਂ ਨੂੰ ਮੰਡੇ ਟਿਊਜ਼ਡੇ ਦਾ ਲਗਾ ਦੇਣਾ ਚਾਹੀਦਾ ਵੈਸੇ ਤਾਂ, ਜਿਵੇਂ ਮੰਡੇ ਟਿਊਜ਼ਡੇ ਦਾ ਜੇ ਲਗਵਾਉਣਾ ਚਾਹੁੰਦੇ ਆ ਤਾਂ। ਚੰਡੀਗੜ੍ਹ ਕਹਿੰਦੇ ਟਰਾਈ ਸਿਟੀ ਨਾਲ ਜੁੜੋ, ਟਰਾਈ ਸਿਟੀ ਕਰਕੇ ਬੁੱਧਵਾਰ ਦਾ ਉਹਨਾਂ ਨੇ ਉੱਥੇ ਬੰਦ ਸੀ ਤਾਂ ਕਰਕੇ ਪੰਜਾਬ 'ਚ ਬੰਦ ਕਰਵਾਤਾ, ਹੁਣ ਉੱਥੇ ਖੁੱਲ੍ਹ ਗਿਆ, ਹੁਣ ਪੰਜਾਬ ਇਹਨਾਂ ਦੇ ਟਰਾਈ ਸਿਟੀ 'ਚ ਨਹੀਂ ਆਉਂਦਾ, ਪੰਜਾਬ ਵੀ ਟਰਾਈ ਸਿਟੀ ਜਾਂਦੇ, ਤਾਂ ਫਿਰ ਅੱਜ ਖੁੱਲ੍ਹਣਾ ਚਾਹੀਦਾ ਸੀ ਇਹਨਾਂ ਨੂੰ, ਕਿਉਂ ਬੰਦ ਕੀਤਾ ਇਹਨਾਂ ਨੇ? ਤੇ ਤੁਹਾਡੇ ਜਿੱਦਾਂ ਵੀਕਐਂਡ 'ਤੇ ਪਹਿਲਾਂ ਜਦੋਂ ਖੁੱਲ੍ਹਾ ਹੁੰਦਾ ਢਾਬਾ, ਹਾਂਜੀ, ਵੀਕਐਂਡ 'ਤੇ ਕਿੰਨੀ ਕੁ ਸੇਲ ਹੁੰਦੀ? ਨਹੀਂ ਮੈਡਮ, ਕੋਈ ਸੇਲ ਨਹੀਂ ਹੋ ਰਹੀ ਮੈਡਮ, ਸਿਟਿੰਗ ਕਰਨ ਨਹੀਂ ਦੇ ਰਹੇ ਹੁਣ 30 ਤੱਕ ਤਾਂ, 30 ਤੱਕ ਜੋਮੈਟੋ ਹੀ ਟੇਕ ਵੇ ਚੱਲ ਰਿਹਾ ਸਾਡਾ ਉਰੇ, ਅਤੇ ਤਸੀਲ ਦੀ ਗੱਲ ਨਹੀਂ ਕਰ ਲਈ, ਨੋਰਮਲੀ ਵੀ ਬੰਦ ਕਰਤਾ ਨਾ ਇਹਨਾਂ ਨੇ, ਨੋਰਮਲ ਰੈਸਟੋਰੈਂਟ ਢਾਬੇ 'ਤੇ ਨਹੀਂ ਬਿਠਾ ਸਕਦੇ ਨਾ ਆਪਾਂ, ਸਿਟਿੰਗ ਨਹੀਂ ਕਰਾ ਸਕਦੇ, ਸਿਟਿੰਗ ਨਹੀਂ ਕਰਾਵਾਂਗੇ ਅਤੇ ਬੰਦ ਹੀ ਰਹੇਗਾ, ਅਤੇ ਫਿਰ ਕੁਛ ਤੁਹਾਨੂੰ ਪਤਾ ਕੀ, 5-7 ਹਜ਼ਾਰ ਰੁਪਏ, 10 ਹਜ਼ਾਰ ਸੇਲ ਹੋਈ, ਕੋਈ ਸੇਲ ਨਹੀਂ ਹੋਈ ਮੈਡਮ, ਉਹ ਤਾਂ ਕਿਰਾਏ 2-2 ਲੱਖ ਰੁਪਏ ਹੈਗੇ ਆ, 2-2 ਲੱਖ ਰੁਪਏ ਕਿਰਾਏ ਆ, ਕਿਰਾਏ ਮਾਫ਼ ਤਾਂ ਹੁੰਦੇ ਨਹੀਂ। ਅਤੇ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ, ਜਦੋਂ ਕਰੋਨਾ ਦਾ ਸਟਾਰਟ ਹੋਈ ਆ, ਪੂਰੇ ਸਾਲ ਦੇ ਵਿੱਚ ਕਿੰਨਾ ਕੁ ਘਾਟਾ ਪੈ ਚੁੱਕਾ ਤੁਹਾਨੂੰ? ਮੈਡਮ ਬਸ ਪੁੱਛੋ ਨਾ ਜੀ, ਬੰਦ ਕਰਨ ਦੇ ਕਤਾਰ 'ਚ ਆ ਬਸ, ਇਹਦੇ ਪੁਰਾਣੇ ਦਾਦਾ ਜੀ ਦੇ ਟਾਈਮ ਦੇ ਚੱਲਦੇ ਆ ਰਹੇ ਆ ਸਾਡੇ, ਤਾਂ ਬੱਚੇ ਮੈਂ ਨਵੇਂ ਤਾਂ ਕਈ ਬੰਦ ਹੋ ਗਏ ਮੈਡਮ, ਸਾਡਾ 28 'ਚ ਹੈਗਾ, ਅਤੇ ਇਸ ਕਰਕੇ ਪੁਰਾਣੇ ਚੱਲ ਰਹੇ ਆ, ਤਾਂ ਕਰਕੇ ਚੱਲ ਰਹੇ ਆ, ਨਹੀਂ ਤਾਂ ਹੁਣ ਤਾਂ ਕੁਛ ਵੀ ਦੇਖੀਏ, ਨਵੇਂ ਦੇਖੀਏ, ਨਵਾਂ ਤਾਂ ਕੋਈ ਚਲਾ ਹੀ ਨਹੀਂ ਸਕਦਾ ਮੈਡਮ ਇਸ ਟਾਈਮ ਤੱਕ, ਇਹ ਕੋਲੋਂ ਪੈਸੇ ਪੈ ਰਹੇ ਮੈਡਮ, ਇਹ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੋਲੋਂ ਹੀ ਕਿਰਾਇਆ ਦਿੱਤਾ ਮੈਡਮ, ਐਂ ਨਹੀਂ ਕਿ ਦੁਕਾਨਦਾਰੀ 'ਚੋਂ ਕੱਟ ਕੇ ਦਿੱਤਾ ਹੋਏਗਾ ਕਿਰਾਇਆ ਸੀ। ਤੁਹਾਨੂੰ ਕੀ ਲੱਗਦਾ ਆ ਕਿ ਜੇਕਰ ਗਵਰਨਮੈਂਟ ਵੱਲੋਂ ਲੋਕਡਾਊਨ ਲਗਾਏ ਜਾਂਦੇ ਆ, ਇਹਦੇ ਨਾਲ ਕੋਈ ਫਰਕ ਪੈਂਦਾ ਕਰੋਨਾ ਨੂੰ? ਨਹੀਂ ਦੇਖੋ, ਪਤਾ ਕੀ ਗੱਲ ਹੈ, ਰਾਤ ਦਾ ਕੋਈ ਲੋਕਡਾਊਨ ਦਾ ਫਾਇਦਾ ਨਹੀਂ ਹੈਗਾ ਕਿ ਜ਼ਿਆਦਾ ਰਾਤ ਦਾ ਫਾਇਦਾ, ਜਿਵੇਂ ਸਵੇਰ ਦਾ ਟਾਈਮ ਹੈਗਾ, ਸਵੇਰ ਦੇ ਟਾਈਮ ਦੇ ਵਿੱਚ ਰੱਖੋ, ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੱਖੋ, 4 ਵਜੇ ਤੋਂ ਬਾਅਦ ਖੋਲ੍ਹ ਦਿਉ, 10-4 ਜਿਹੜਾ ਸਵੇਰੇ ਪਬਲਿਕ ਹੈਗੀ ਹੈ, ਤੁਸੀਂ ਆਪਣਾ ਫਿਰ ਫਾਇਦਾ ਕਰ ਰਿਹਾ ਗੌਰਮੈਂਟ ਕਿ ਸਰਕਾਰੀ ਕੰਮ ਹੋ ਰਹੇ ਹੈ, ਸਾਰੇ ਕੰਮ ਹੋ ਰਹੇ ਹੈ। ਹੁਣ ਗਰਮੀਆਂ ਦਾ ਟਾਈਮ ਹੈ, ਗਰਮੀਆਂ 6-7 ਵਜੇ ਤੋਂ ਬਾਅਦ ਨਿਕਲਦੇ ਹਾਂ, 7 ਵਜੇ ਬੰਦਾ ਨਿਕਲਦਾ, 8 ਵਜੇ ਬਾਜ਼ਾਰ ਬੰਦ ਹੋ ਜਾਂਦੇ ਆ, ਇਹ ਟਾਈਮਿੰਗ ਥੋੜ੍ਹਾ 10 ਵਜੇ ਦੀ ਟਾਈਮਿੰਗ ਹੋਣੀ ਚਾਹੀਦੀ ਹੈ ਘੱਟੋ ਘੱਟ। ਤੁਹਾਨੂੰ ਕੀ ਕਹਿੰਦੇ ਕਿ ਜਿੱਦਾਂ ਦੁਪਹਿਰ ਨੂੰ ਜਿਹੜਾ ਹੈਗਾ ਆ ਬੰਦ ਹੋਣੀਆਂ ਚਾਹੀਦੀਆਂ, ਖੁੱਲ੍ਹਣੀਆਂ ਚਾਹੀਦੀਆਂ, ਕਿਉਂਕਿ ਦੁਪਹਿਰ ਦਾ ਟਾਈਮ 'ਤੇ ਗਰਮੀ ਇੰਨੀ ਹੁੰਦੀ ਹੈ ਕਿ ਦੁਪਹਿਰ ਨੂੰ ਬੰਦ ਕਰ ਦੇਣ, ਮੈਂ ਵਧੀਆ ਦੁਪਹਿਰ ਨੂੰ ਮੈਂ ਕਹਿ ਰਿਹਾ, ਸਵੇਰੇ ਆਪਣਾ ਤੁਸੀਂ 12 ਵਜੇ ਤੱਕ, 10 ਤੋਂ 12 ਵਜੇ ਤੱਕ ਰੱਖੋ ਸਰਕਾਰੀ ਅਦਾਰੇ ਜਿਹੜੇ ਖੁੱਲ੍ਹਣ, ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਮਾਰਕੀਟ ਬੰਦ ਕਰ ਦਿਉ, 5 ਵਜੇ ਤੱਕ ਕਰ ਦਿਉ, 5 ਵਜੇ ਤੋਂ ਬਾਅਦ ਓਪਨ ਕਰ ਲੈਣ, 5 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਓਪਨ ਹੋਣੀ ਚਾਹੀਦੀ ਹੈ। ਸ਼ਾਮ ਦਾ ਕਸਟਮਰ ਤਾਂ ਹੋਵੇ, ਦੁਪਹਿਰ ਦਾ ਕਸਟਮਰ ਤਾਂ ਉਹੀ ਨਹੀਂ ਹੈਗਾ, ਗਰਮੀ ਬਹੁਤ ਹੈ ਮੈਡਮ ਅੱਜ ਕੱਲ੍ਹ ਤਾਂ। ਅਤੇ ਫਿਰ ਇੱਦਾਂ ਦਾ ਸੁਜੈਸ਼ਨ ਤੁਸੀਂ ਪ੍ਰਸ਼ਾਸਨ ਨੂੰ ਭੇਜਦੇ ਆ ਕਿ ਨਹੀਂ, ਕੁਛ ਉਪਰਾਲੇ ਕੀਤੇ ਆ ਦੁਕਾਨਦਾਰਾਂ ਵੱਲੋਂ? ਦੁਕਾਨਦਾਰਾਂ ਵੱਲੋਂ ਸਾਡੇ ਪ੍ਰਧਾਨ ਜੀ ਨੇ ਕੀਤਾ, ਮਾਰਕੀਟ 3B2 ਐਸੋਸੀਏਸ਼ਨ ਵਾਲਿਆਂ ਨੇ, ਉਹਨਾਂ ਨੇ ਕਿਹਾ ਕਿ ਉੱਥੇ ਲੋਕਡਾਊਨ ਖੁੱਲ੍ਹ ਗਿਆ, ਉਹਨਾਂ ਨੇ ਹੁਣ ਲੈਟਰ ਦਿੱਤੀ ਆ, ਜੇ ਨਹੀਂ ਅਸੀਂ ਸੰਘਰਸ਼ ਕਰਾਂਗੇ ਮਾਰਕੀਟ ਕਮੇਟੀ ਮਿਲ ਕੇ ਅਸੀਂ। ਕਹਿਣ ਦਾ ਆ ਕਿ ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਕਿ ਜਿਹੜੇ ਹੈਗੇ ਆ ਦੁਕਾਨਾਂ ਜਿਹੜੀਆਂ ਜਿੱਦਾਂ ਸ਼ਾਮ ਨੂੰ ਅਰਲੀ ਬੰਦ ਕਰਨ ਤੋਂ ਸਿਵਾਏ ਕਿ ਦੁਪਹਿਰ ਦਾ ਟਾਈਮ ਜਿਹੜਾ ਗਰਮੀ ਦਾ ਟਾਈਮ ਲੋਕ ਵੈਸੇ ਵੀ ਨਹੀਂ ਨਿਕਲਦੇ? ਨਹੀਂ ਮੈਡਮ, ਸਾਡੇ ਤੋਂ ਕੋਈ ਰਾਏ ਲੈਣ ਨਹੀਂ ਆਇਆ, ਤੁਸੀਂ ਆਇਓ, ਸਾਡੀ ਹੈ ਮੀਡੀਆ ਸਾਡੀ ਉੱਥੇ ਤੱਕ, ਪਬਲਿਕ ਉੱਥੇ ਤੱਕ ਪਹੁੰਚਾਉਣ, ਸਰਕਾਰ ਤੱਕ ਪਹੁੰਚਾਉਣ, ਸਵੇਰੇ ਬੰਦ ਕੀਤਾ ਜਾਵੇ, ਸ਼ਾਮ ਨੂੰ ਖੁੱਲ੍ਹਿਆ ਜਾਵੇ। ਤੁਹਾਡੀ ਇੱਦਾਂ ਦੀ ਕੋਈ ਐਸੋਸੀਏਸ਼ਨ ਜਾਂ ਯੂਨੀਅਨ ਨਹੀਂ ਹੈਗੀ ਜਿਹੜੀ ਇਹ ਆਪਣੀ ਆਵਾਜ਼ ਨੂੰ ਉਠਾ ਸਕੇ? ਦੇਖੋ ਜੀ, ਉਠਾਉਂਦੀ ਹੈ ਫਿਰ ਸਰਕਾਰ, ਦੇਖੋ ਅੱਗੇ ਸਰਕਾਰਾਂ ਹੈਗੀਆਂ ਜੀ, ਸਰਕਾਰਾਂ ਉਠਾ ਨਹੀਂ ਦਿੰਦੀਆਂ, ਸਾਰੇ ਕਹਿੰਦੇ ਆ, ਸਾਰੇ ਮਾਰਕੀਟ ਵਾਲੇ ਕਹਿੰਦੇ ਆ, ਸਭ ਕੁਝ ਕਹਿੰਦੇ ਆ, ਕਰਦੇ ਆ, ਚਲੋ ਅੱਗੇ ਅਸੀਂ ਹੁਣ ਵੀ ਆਪਣਾ ਐਤਵਾਰ ਦਾ ਲੋਕਡਾਊਨ ਦਾ ਮੁੱਦਾ ਉਠਾਇਆ, ਦੇਖੋ ਕੀ ਪਤਾ ਨੈਕਸਟ ਵੀਕ ਲੱਗਦਾ ਜਾਂ ਨਹੀਂ ਲੱਗਦਾ ਸੰਡੇ। ਅਤੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਕਿ ਪਬਲਿਕ ਵੀ ਜੇਕਰ ਸਾਥ ਦਿੰਦੀ ਆ ਤੁਹਾਡਾ ਦੁਕਾਨਦਾਰਾਂ ਦਾ ਇਸ ਚੀਜ਼ ਨੂੰ ਲੈ ਕੇ, ਅਤੇ ਇਫੈਕਟ ਸਰਕਾਰ ਮੰਨੂਗੀ? ਫਿਰ ਮੰਨੂਗੀ, ਬਿਲਕੁਲ ਮੰਨੂਗੀ ਸਰਕਾਰ, ਬਿਲਕੁਲ ਮੰਨੂਗੀ ਸਰਕਾਰ, ਪਬਲਿਕ ਸਹਿਯੋਗ ਦੇ ਰਹੀ ਹੈ, ਸਵੇਰ ਦਾ ਸਹਿਯੋਗ ਦੇ ਰਹੀ ਹੈ, ਸ਼ਾਮ ਲਈ ਮੰਨੂਗੀ, ਜਿੱਥੇ 4 ਬੰਦੇ ਨਿਕਲੇ ਉੱਥੇ 2 ਬੰਦੇ ਨਿਕਲਣ, ਜੋ ਸਮਾਨ ਜ਼ਰੂਰਤ ਦੀ ਲੋੜ ਹੈ ਉਹ ਤੁਸੀਂ ਜ਼ਰੂਰਤ ਵਾਸਤੇ ਲਵੋ ਸਮਾਨ, ਉਹਨਾਂ ਨੂੰ ਲੈਣਾ ਚਾਹੀਦਾ ਉਹਨਾਂ ਨੂੰ, ਇਹੀ ਮੈਂ ਕਹਿਣਾ ਚਾਹੁੰਦਾ। ਮੈਂ ਥੈਂਕ ਯੂ ਸੋ ਮਚ ਜੀ। ਓਕੇ, ਥੈਂਕ ਯੂ ਜੀ।
ਤੇ ਦੋਸਤੋ ਜਿੱਦਾਂ ਦੱਸਿਆ ਕਿ ਟਾਈਮ ਜਿਹੜਾ ਹੈਗਾ ਆ ਦੁਕਾਨਾਂ ਬੰਦ ਕਰਨ ਦਾ ਸ਼ਾਮ ਦਾ 8 ਵਜੇ ਤੋਂ ਕਰ ਦਿੱਤਾ ਗਿਆ ਆ ਤੇ ਇਹਨਾਂ ਦਾ ਮਤਲਬ ਕਹਿਣ ਦਾ ਹੈਗਾ ਕਿ ਦੁਪਹਿਰ ਨੂੰ ਜਿਹੜਾ ਟਾਈਮ ਗਰਮੀ ਦੇ ਟਾਈਮ ਲੋਕ ਘਰਾਂ ਵਿੱਚੋਂ ਨਹੀਂ ਨਿਕਲਦੇ ਉਹ ਟਾਈਮ ਜਿਹੜਾ ਹੈਗਾ ਆ ਦੁਕਾਨਾਂ ਬੰਦ ਕਰਕੇ ਤੇ ਸ਼ਾਮ ਨੂੰ ਜਿਹੜਾ ਹੈਗਾ 4 ਤੋਂ ਘੱਟ 10 ਵਜੇ ਤੱਕ ਦੁਕਾਨਾਂ ਖੁੱਲ੍ਹਣ ਜਿਹੜਾ ਦੁਕਾਨਦਾਰਾਂ ਦਾ ਘਾਟਾ ਪੈ ਰਿਹਾ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਆਪਣਾ ਜਿਹੜਾ ਹੈਗਾ ਸਮਾਨ ਵੇਚਣ ਦੀ ਜਿਹੜੀ ਹੈਗੀ ਪ੍ਰੋਬਲਮ ਨਾ ਆਵੇ ਤੇ ਸਮਾਨ ਜੇਕਰ ਨਹੀਂ ਵਿਕਦਾ ਭਾਵਾਂ ਉਹ ਫੂਡ ਨੂੰ ਲੈ ਕੇ ਆਪਾਂ ਗੱਲ ਕਰੀਏ ਕਿ ਉਹ ਵੀ ਖਰਾਬ ਹੁੰਦਾ ਖਰਾਬ ਹੋਇਆ ਭਾਵਾਂ ਕੋਈ ਵੀ ਚੀਜ਼ ਆਪਾਂ ਗੱਲ ਕਰ ਲਈਏ ਗਰੋਸਰੀਜ਼ ਦੀ ਜਾਂ ਹਰ ਇੱਕ ਚੀਜ਼ ਜਿਹੜੀ ਆ ਆਊਟ ਆਫ ਡੇਟ ਹੋਣ ਵਾਲੀ ਹੁੰਦੀ ਆ ਤੇ ਜਿੱਦਾਂ ਸਾਡੇ ਵੀਰ ਨੇ ਦੱਸਿਆ ਕਿ ਬਹੁਤ ਹੀ ਜਿਹੜਾ 1 ਸਾਲ ਦੇ ਵਿੱਚ ਘਾਟਾ ਪਿਆ ਆ ਹੁਣ ਥੋੜ੍ਹੀ ਬਹੁਤੀ ਸੇਲ ਹੋਣ ਲੱਗੀ ਸੀ ਹੁਣ ਦੁਬਾਰੇ ਫਿਰ ਜਿਹੜੇ ਲੋਕਡਾਊਨ ਲੱਗਣੇ ਸ਼ੁਰੂ ਹੋ ਗਏ ਆ ਦੋਸਤੋ ਚੱਲਾਂਗੇ ਅਤੇ ਗੱਲ ਆਪਾਂ ਕਰਾਂਗੇ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਵਿਚਾਰ ਵੀ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝੇ ਅਤੇ ਦੋਸਤੋ ਆਹ ਜਿਹੜਾ ਹਿੱਸਾ ਹੈਗਾ ਆ 3B2 ਦਾ ਆਪਾਂ ਗੱਲ ਕਰ ਲਈਏ ਮਹਾਵੀਰ ਕਰੋਕਰੀ ਵਾਲੇ ਜਾਂ ਚਿੰਕੂ ਚਿਕਨ ਵਾਲੇ ਆਪਾਂ ਕਹਿ ਲਈਏ ਕਿ ਸੋਰੀ ਚਿੰਕੂ ਮਿਰਕਲ ਡਰੈਸ ਕੁਛ ਹੈਗਾ ਆ ਅਤੇ ਗਾਹਾਂ ਜਾ ਕੇ ਆਪਾਂ ਗੱਲ ਕਰਦੇ ਹਾਂ ਕਟਾਣੀ ਢਾਬਿਆਂ ਦੀ ਅਤੇ ਇਹ ਜਿਹੜੇ ਢਾਬਾ ਜਿਹੜਾ ਕਟਾਣੀ ਢਾਬਾ ਆ ਇੱਥੇ ਇੰਨੀ ਕੁ ਪਬਲਿਕ ਹੁੰਦੀ ਆ ਇਸ ਟਾਈਮ ਅਤੇ ਇੱਧਰ ਕਾਰ ਪਾਰਕ ਵੀ ਆਪਾਂ ਘੁਮਾ ਕੇ ਦਿਖਾਲਾਂਗੇ ਤੁਹਾਨੂੰ ਕਿ ਕਾਰ ਪਾਰਕ ਦੇ ਵਿੱਚ ਕਾਰ ਖੜ੍ਹੀ ਕਰਨ ਨੂੰ ਇਸ ਟਾਈਮ ਜਗ੍ਹਾ ਨਹੀਂ ਮਿਲਦੀ ਹੁੰਦੀ ਸੀਗੀ ਬਟ ਅੱਜ ਇੱਥੇ ਜਿੰਨੇ ਵੀ ਮਾੜੇ ਮੋਟੇ ਮੇਰੇ ਖਿਆਲ ਆਪਣੀਆਂ ਦੁਕਾਨਾਂ ਦੀਆਂ ਜਾਂ ਆਪਣੀ ਪਿੱਛੇ ਕੰਮ ਕੁੰਮ ਕਰਦੇ ਹੋਣਗੇ ਉਹ ਅਤੇ ਉਹਨਾਂ ਦੀਆਂ ਕਾਰਾਂ ਖੜ੍ਹੀਆਂ ਆ ਸੁੰਨਮਸਾਨ ਪਈ ਹੋਈ ਆ ਇਸ 3B2 ਦੀ ਮਾਰਕੀਟ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਇੱਥੇ ਪਾਰਕਿੰਗ ਦੀ ਸਪੇਸ ਜਿਹੜੀ ਨਹੀਂ ਮਿਲਦੀ ਪਾਰਕਿੰਗ ਦੇ ਨਾਲ ਨਾਲ ਢਾਬੇ ਦੇ ਵਿੱਚ ਵੀ ਜਦੋਂ ਤੁਸੀਂ ਲੰਚ ਕਰਨਾ ਆ ਅਤੇ ਉੱਥੇ ਵੀ ਤੁਹਾਡੀ ਵਾਰੀ ਨਹੀਂ ਆਉਂਦੀ ਹੁੰਦੀ ਤਾਂ ਕਾਫੀ ਟਾਈਮ ਜਿਹੜਾ ਹੈਗਾ ਤੁਹਾਨੂੰ ਵੇਟ ਕਰਨੀ ਪੈਂਦੀ ਆ ਅਤੇ ਦੋਸਤੋ ਜਿੱਦਾਂ ਤੁਹਾਨੂੰ ਪਤਾ ਕਿ ਇਸ ਟਾਈਮ ਅਸੀਂ 3B2 ਦੀ ਮਾਰਕੀਟ ਜਿਹੜੀ ਹੈਗੀ ਮੋਹਾਲੀ ਦੇ ਵਿੱਚ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਅਤੇ ਆਵਾਜਾਈ ਜਿਹੜੀ ਹੈਗੀ ਆ ਟ੍ਰੈਫਿਕ ਦੀ ਉਹ ਅਲਾਊਡ ਕੀਤੀ ਹੋਈ ਆ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਬੈਰੀਕੇਡਸ ਲਗਾ ਕੇ ਉੱਥੇ ਨਾਕੇ ਲੱਗੇ ਹੋਏ ਆ ਚੈੱਕਅਪ ਹੋ ਰਹੀ ਆ ਕਾਰਾਂ ਜਿਹੜੀਆਂ ਲੰਘਦੀਆਂ ਆ ਉਹਨਾਂ 'ਤੇ ਵੀ ਨਿਗ੍ਹਾ ਰੱਖੀ ਜਾ ਰਹੀ ਆ ਕਿ ਕੋਈ ਬਿਨਾਂ ਮਾਸਕ ਤੋਂ ਜਿਹੜਾ ਹੈਗਾ ਨਹੀਂ ਲੰਘ ਰਿਹਾ ਅਤੇ ਪੂਰੀ ਜਿਹੜੀ ਆਪਣੀ ਉਹ ਆਪਾਂ ਕਹਿ ਲਈਏ ਕਿ ਤਿਆਰੀ ਦੇ ਨਾਲ ਇੱਥੇ ਬੈਠੇ ਹੋਏ ਆ ਕਿ ਕੋਈ ਜਿਹੜਾ ਹੈਗਾ ਆ ਕਾਨੂੰਨ ਦੀ ਉਲੰਘਣਾ ਨਾ ਕਰਕੇ ਇੱਥੋਂ ਨਿਕਲੇ ਅਤੇ ਜਿਹੜੇ ਨਿਕਲਦੇ ਆ ਅਤੇ ਉਹਨਾਂ ਨੂੰ ਰੋਕ ਕੇ ਪੁੱਛਤਾਛ ਹੁੰਦੀ ਆ ਅਤੇ ਚਲਾਨ ਵੀ ਜਿਹੜੇ ਕੱਟੇ ਜਾਂਦੇ ਆ ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇੱਥੇ ਆਪਣੇ ਸੀਨੀਅਰ ਆਫਿਸਰ ਹੈਗੇ ਆ ਡਿਊਟੀ ਦੇ ਉੱਤੇ ਉਹਨਾਂ ਨਾਲ ਗੱਲਬਾਤ ਕਰੀਏ ਅਤੇ ਦੇਖ ਸਕਦੇ ਹਾਂ ਕਿ ਬਹੁਤ ਹੀ ਘੱਟ ਟ੍ਰੈਫਿਕ ਵੀ ਜਿਹੜੀ ਹੈਗੀ ਆ ਟ੍ਰੈਫਿਕ ਦੀ ਆਵਾਜਾਈ ਵੀ ਬਹੁਤ ਹੀ ਘੱਟ ਹੈਗੀ ਆ ਅਤੇ ਇੱਧਰਲੇ ਪਾਸੇ ਦੇਖ ਲਓ ਦੋਸਤੋ ਆਹ ਇੱਦਾਂ ਖੜ੍ਹੇ ਕਰਾ ਕੇ ਜਿਹੜੀ ਚੈੱਕਅਪ ਹੋ ਰਹੀ ਆ ਕੋਈ ਵੀ ਥੋੜ੍ਹਾ ਬਹੁਤਾ ਲੱਗਦਾ ਆ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਅਤੇ ਇੱਦਾਂ ਖੜ੍ਹੇ ਕਰਾ ਕੇ ਅਤੇ ਉਹਨਾਂ ਦੀ ਜਿਹੜੀ ਹੈਗੀ ਆ ਪੁੱਛਗਿੱਛ ਜਿਹੜੀ ਹੈਗੀ ਆ ਕੀਤੀ ਜਾ ਰਹੀ ਆ ਅਤੇ ਦੋਸਤੋ ਆਪਣੇ ਨਾਲ ਸੀਨੀਅਰ ਆਫਿਸਰ ਖੜ੍ਹੇ ਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਅੱਜ ਦੇ ਜਿਹੜੇ ਰੂਲਸ ਹੈਗੇ ਆ ਇਹਨਾਂ ਤੋਂ ਪੁੱਛਦੇ ਹਾਂ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਪਤਾ ਆ ਕਿ ਆਪਾਂ ਨੂੰ ਲੋਕਡਾਊਨ ਲੱਗੀ ਹੋਈ ਹੈ ਪਰ ਟ੍ਰੈਫਿਕ ਦੀ ਆਵਾਜਾਈ ਖੁੱਲ੍ਹੀ ਆ ਅਤੇ ਕੀ ਲੋਕਾਂ ਨੂੰ ਹਦਾਇਤ ਤੁਸੀਂ ਦੇਣਾ ਚਾਹੁੰਦੇ ਆ ਕਿ ਜਦੋਂ ਟ੍ਰੈਫਿਕ ਟਰੈਵਲ ਕਰਨਾ ਤੁਸੀਂ ਅਤੇ ਉਹਦੇ ਵਿੱਚ ਕੀ ਜਿਹੜੀਆਂ ਹੈਗੀਆਂ ਆ ਆਪਣਾ ਜ਼ਿੰਮੇਵਾਰੀ ਸਮਝ ਕੇ ਟਰੈਵਲ ਕਰਨ ਅੱਜ ਮੈਡਮ ਕਰਫਿਊ ਲੱਗਿਆ ਜੀ ਲੋਕਡਾਊਨ ਨਹੀਂ ਕਰਫਿਊ ਐਕਚੁਅਲੀ ਜੀ ਅੱਛਾ ਕੰਪਲੀਟ ਜਿੱਦਾਂ ਕਰਫਿਊ ਹੈਗੀ ਕਰਫਿਊ ਹੈਗਾ ਇਹਦੇ ਵਿੱਚ ਅਸੈਂਸ਼ਲ ਸਰਵਿਸ ਵਾਲਿਆਂ ਨੂੰ ਛੋਟ ਹੈ ਉਹ ਆ ਜਾ ਸਕਦੇ ਆ ਪਲੱਸ ਮੈਡੀਕਲ ਐਮਰਜੈਂਸੀ ਉਹ ਤੋਂ ਇਲਾਵਾ ਬਾਕੀਆਂ ਨੂੰ ਲੋੜ ਨਹੀਂ ਹੈ ਜਿਹੜੇ ਉੱਦਾਂ ਤੁਰ ਫਿਰ ਰਹੇ ਉਹਨਾਂ ਦੀਆਂ ਅਸੀਂ ਗੱਡੀਆਂ ਫੋਨ ਕਰ ਰਹੇ ਹਾਂ ਉਹਨਾਂ ਨੂੰ ਚਲਾਨ ਕਰ ਰਹੇ ਹਾਂ ਕਾਨੂੰਨੀ ਕਾਰਵਾਈ ਉਹਨਾਂ 'ਤੇ ਕੀਤੀ ਜਾ ਰਹੀ ਹੈ ਠੀਕ ਆ ਅਤੇ ਇਹ ਜਿੱਦਾਂ ਤੁਸੀਂ ਜਿੱਦਾਂ ਦੱਸਿਆ ਕਿ ਕਰਫਿਊ ਹੈਗਾ ਅਤੇ ਕਰਫਿਊ ਇਹਦਾ ਮਜੋਰਟੀ ਆਫ ਲੋਕ ਜਿਹੜੇ ਹੈਗੇ ਉਹ ਕਹਿੰਦੇ ਕਿ ਲੋਕਡਾਊਨ ਹੈਗਾ ਦੁਕਾਨਾਂ ਬੰਦ ਆ ਅਤੇ ਆਵਾਜਾਈ ਜਿਹੜੀ ਖੁੱਲ੍ਹੀ ਆ ਨਹੀਂ ਦੇਖੋ ਲੋਕਾਂ ਨੂੰ ਹੋ ਸਕਦਾ ਪਬਲਿਕ ਇਹਦੇ ਬਾਰੇ ਅਵੇਅਰ ਨਾ ਹੋਣ ਨਹੀਂ ਜਾਣਕਾਰੀ ਹੁੰਦੀ ਐਕਚੁਅਲੀ DM ਸਾਹਿਬ ਵੱਲੋਂ ਕਰਫਿਊ ਦੇ ਔਰਡਰ ਇਸ਼ੂ ਹੋਏ ਹੈ ਅਤੇ ਫਿਰ ਇੱਦਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਪਹਿਲਾਂ 2-3-4 ਦਿਨ ਕਿ ਜੇਕਰ ਕਰਫਿਊ ਲਗਾਉਣੀ ਸੀਗੀ ਅਤੇ ਕਿਉਂਕਿ ਅਸੀਂ ਪਿੱਛੇ ਵੀ ਜਾ ਕੇ ਆਏ ਹਾਂ ਤਾਂ ਹਰ ਇੱਕ ਇਹ ਕਹਿੰਦਾ ਕਿ ਲੋਕਡਾਊਨ ਲੱਗਾ ਹੋਇਆ ਆ ਅਤੇ ਦੁਕਾਨਾਂ ਬੰਦ ਆਵਾਜਾਈ ਚੱਲਦੀ ਆ ਹਾਂ ਪ੍ਰਸ਼ਾਸਨ ਵੱਲੋਂ ਤਾਂ ਆਪਣੇ ਬਕਾਇਦਾ ਗਾਈਡਲਾਈਨ ਜਾਰੀ ਕਰੀ ਗਈਆਂ TV 'ਤੇ ਮੀਡੀਆ 'ਤੇ ਸਾਰੇ ਪਾਸਿਓਂ ਅਖਬਾਰਾਂ 'ਚ ਸਾਰੇ ਕਿਤੇ ਆਉਂਦਾ ਜੀ
ਅਤੇ ਹੁਣ ਕੁਛ ਲੋਕ ਜਿਹੜੇ ਜਾਣ ਬੁੱਝ ਕੇ ਅਣਜਾਣ ਬਣ ਜਾਂਦੇ ਜਦੋਂ ਇੱਥੇ ਬਾਹਰ ਨਿਕਲਦੇ ਜਾਣ ਬੁੱਝ ਕੇ ਅਣਜਾਣ ਬਣ ਜਾਂਦੇ ਉਹ ਜਿਹੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਵੀ ਹਾਂ ਵੀ ਸਾਨੂੰ ਪਤਾ ਨਹੀਂ ਸੀ ਜੀ ਇਹ ਜ਼ਰੂਰ ਇਸ ਤਰ੍ਹਾਂ ਅਤੇ ਟ੍ਰੈਫਿਕ ਕਾਫੀ ਦੇਖਣ ਨੂੰ ਮਿਲ ਰਿਹਾ ਆ ਅਤੇ ਕੀ ਗੱਲ ਇਹ ਸਾਰੇ ਜਿੰਨੇ ਵੀ ਨਿਕਲਦੇ ਆ ਸਾਰੇ ਅਸੈਂਸ਼ਲ ਸਰਵਿਸਿਸ ਵਾਲੇ ਆ ਕੁਝ ਜ਼ਿਆਦਾਤਰ ਜੀ ਮੈਡੀਕਲ ਐਮਰਜੈਂਸੀ ਵਾਲੇ ਆਉਂਦੇ ਆ ਪੇਸ਼ੈਂਟ ਨੂੰ ਜਿਵੇਂ ਇੱਥੇ ਕਾਫੀ ਇੰਸਟੀਚਿਊਟ ਹੈਗੀਆਂ ਮੈਡੀਕਲ ਦੀਆਂ ਉੱਥੇ ਆਉਣ ਜਾਣ ਵਾਲੇ ਜ਼ਿਆਦਾਤਰ ਆ ਬਾਕੀ ਜਿਹੜੇ ਆਪਣੇ ਛੋਟ ਮਿਲੀ ਹੈ ਜਿਹੜੇ ਡਿਪਾਰਟਮੈਂਟਸ ਨੂੰ ਡਿਪਾਰਟਮੈਂਟਸ ਦੇ ਹੈਗੇ ਜੀ ਜ਼ਿਆਦਾ ਬਾਕੀ ਅਸੀਂ ਗੱਡੀਆਂ ਜਿਹੜੇ ਬਿਨਾਂ ਉਸ ਤੋਂ ਘੁੰਮ ਰਹੇ ਬਿਨਾਂ ਅਥਾਰਟੀ ਤੋਂ ਉਹਨਾਂ ਨੂੰ ਸਿਲਾਕ ਰਹੇ ਅਤੇ ਹੋਰ ਤੁਸੀਂ ਕੀ ਪਬਲਿਕ ਨੂੰ ਸੰਦੇਸ਼ਾ ਦੇਣਾ ਚਾਹੁੰਦੇ ਹੋ ਜਦੋਂ ਕਰਫਿਊ ਲੱਗਦੀ ਆ ਤਾਂ ਪਬਲਿਕ ਵਾਸਤੇ ਕੋਈ ਮੈਸੇਜ? ਹਾਂਜੀ ਇਹੀ ਕਹਾਂਗੇ ਜੀ ਗਵਰਨਮੈਂਟ ਵੱਲੋਂ ਜੋ ਵੀ ਗਾਈਡਲਾਈਨ ਹੁੰਦੀਆਂ ਪ੍ਰਸ਼ਾਸਨ ਵੱਲੋਂ ਜਾਰੀ ਉਹਨਾਂ ਦੀ ਕੰਪਲਾਇੰਸ ਕਰਨ ਪਾਲਣਾ ਕਰਨ ਜੀ ਅਤੇ ਜੋ ਕਰੋਨਾ ਦੇ ਨਾਲ ਰਿਲੇਟਡ ਹੈਗੀਆਂ ਉਹਨਾਂ ਗਾਈਡਲਾਈਨ ਦੀ ਪਾਲਣਾ ਕਰਨ ਜੀ ਉਹ ਜ਼ਰੂਰੀ ਆ ਉਸ ਵਿੱਚ ਸਾਰਿਆਂ ਨੂੰ ਫਾਇਦਾ ਨਹੀਂ ਤਾਂ ਦੇਖੋ ਬਿਮਾਰੀ ਹੁਣ ਖਤਰਨਾਕ ਰੂਪ ਜਿਵੇਂ ਧਾਰਨ ਕਰਦੀ ਜਾ ਰਹੀ ਅੱਗੇ ਤੋਂ ਅੱਗੇ ਡੇਲੀ ਕਿੰਨੀ ਕੈਜੂਅਲਿਟੀਜ਼ ਹੋ ਰਹੀਆਂ ਕਿੰਨੀ ਜ਼ਿਆਦਾ ਫਿਗਰ ਵੱਡੀ ਆ ਰਹੀ ਹੈ ਪੂਰੇ ਆਲ ਓਵਰ ਇੰਡੀਆ 'ਤੇ ਠੀਕ ਹੈ ਸਰ ਹਾਂਜੀ ਚਲੋ ਥੈਂਕ ਯੂ ਸੋ ਮਚ ਜੀ ਥੈਂਕ ਯੂ ਓਕੇ ਥੈਂਕ ਯੂ ਟੂ ਮੈਂ ਦੋਸਤੋ ਇਸ ਟਾਈਮ ਅਸੀਂ ਕੈਮਿਸਟ ਦੁਕਾਨਾਂ ਜਿਹੜੀਆਂ ਹੈਗੀਆਂ ਆ ਮੇਰੇ ਪਿੱਛੇ ਆ ਉਹਨਾਂ ਦੇ ਸਾਹਮਣੇ ਖੜ੍ਹੇ ਹਾਂ ਕੈਮਿਸਟ ਦੁਕਾਨਾਂ ਦੇ ਉੱਤੇ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਲੋਕ ਆ ਰਹੇ ਆ ਦਵਾਈਆਂ ਲੈ ਕੇ ਜਾ ਰਹੇ ਆ ਅਤੇ ਚੱਲਾਂਗੇ ਅਤੇ ਗੱਲਬਾਤ ਕਰਾਂਗੇ ਕਿ ਕਿੱਦਾਂ ਕਿੱਦਾਂ ਦੀਆਂ ਜਿਹੜੀ ਮੈਡੀਸਨ ਹੈਗੇ ਲੋਕਾਂ ਦੀ ਡਿਮਾਂਡ ਹੈਗੀ ਆ ਕੋਈ ਪੈਨਿਕ ਤਾਂ ਨਹੀਂ ਇੱਦਾਂ ਦੀਆਂ ਤਾਂ ਨਹੀਂ ਵੀ ਜਿਹੜੀਆਂ ਦਵਾਈਆਂ ਲਿਜਾ ਕੇ ਐਡਵਾਂਸ ਵਿੱਚ ਉਹ ਇਕੱਠੀਆਂ ਕਰਨ ਦੇ ਉੱਤੇ ਹੋਣਗੇ ਅਤੇ ਚੱਲਦੇ ਹਾਂ ਅਤੇ ਕਰਦੇ ਹਾਂ ਆਪਾਂ ਕੈਮਿਸਟ ਦੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਅਤੇ ਅੱਜ ਕੈਮਿਸਟ ਹੁਣ ਆਪਾਂ ਨੂੰ ਪਤਾ ਆ ਕਿ ਕਰਫਿਊ ਲਗਾਇਆ ਹੋਇਆ ਵੈਸੇ ਤਾਂ ਲੋਕਾਂ ਦੇ ਤਾਂ ਕਹਿੰਦੇ ਸੀਗੇ ਕਿ ਲੋਕਡਾਊਨ ਆ ਬਟ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਕਰਫਿਊ ਹੈਗੀ ਆ ਅਤੇ ਹੁਣ ਜਿੰਨੀਆਂ ਵੀ ਮੈਡੀਕਲ ਸਟੋਰ ਖੁੱਲ੍ਹੇ ਹੋਏ ਆ ਕਿੱਦਾਂ ਕਿੱਦਾਂ ਦੀਆਂ ਦਵਾਈਆਂ ਲੋਕ ਲੈਣ ਆਉਂਦੇ ਇੱਥੋਂ ਆਪਣੀ ਜਿਹੜੀ ਰੂਟੀਨ ਵਾਲੀ ਆਈਟਮਾਂ ਲੈਣ ਆਉਂਦੇ ਜਿਹੜੀ ਉਹਨਾਂ ਰੂਟੀਨ ਲੋੜ ਹੈ ਹਾਰਟ ਬੀ ਪੀ ਸ਼ੂਗਰ ਦੋ ਦਵਾਈ ਲੈਣ ਆਉਂਦੇ ਜਿਹੜੇ ਬਿਮਾਰ ਬੰਦੇ ਉਹ ਲੈਣ ਆਉਂਦੇ ਬਸ ਇੱਦਾਂ ਤਾਂ ਨਹੀਂ ਵੀ ਸਾਨੂੰ ਫੋਨ ਕਰਦੇ ਆਪਾਂ ਡਿਲੀਵਰੀ ਕਰ ਰਹੇ ਹਾਂ ਮੁੰਡਾ ਬਾਬੇ ਜੈ ਡਿਲੀਵਰੀ ਦੇਣ ਗਿਆ ਦੋ ਫੇਸ ਚਾਰ ਫੇਸ ਇਹ ਹੁਣ 7 ਵਜੇ ਦੀ ਡਿਲੀਵਰੀ ਤਿਆਰ ਕਰ ਰਿਹਾ ਇਹ ਤੁਹਾਡੀ 7 ਵਜੇ ਡਿਲੀਵਰੀ ਤਿਆਰ ਆਈ ਹੈ ਇਹ ਤਾਂ ਰੈਗੂਲਰ ਦਵਾਈਆਂ ਆ ਹਾਂ ਜਿਹੜੀ ਹਾਰਟ ਬੀ ਪੀ ਸ਼ੂਗਰ ਦੀ ਹੋਈ ਉਹੀ ਕਰ ਦਿੰਦੇ ਅਤੇ ਜਿੱਦਾਂ ਲੋਕਾਂ ਵਿੱਚ ਪੈਨਿਕ ਤਾਂ ਨਹੀਂ ਕਰੋਨਾ ਨੂੰ ਲੈ ਕੇ ਜਿੱਦਾਂ ਹੁਣ ਆਪਾਂ ਨੂੰ ਪਤਾ ਕਿ ਦਿੱਲੀ ਜਾਂ ਦੂਜੇ ਸੂਬਿਆਂ ਦੇ ਵਿੱਚ ਕਾਫੀ ਆ ਨਾ ਇੱਥੇ ਵੀ ਹੈ ਲੋਕਾਂ ਨੂੰ ਕਰੋਨਾ ਦੇ ਨਾਲ ਰਿਲੇਟਡ ਜਿਹੜੀਆਂ ਜਿੱਦਾਂ ਆਪਾਂ ਕਹਿ ਲਈਏ ਐਂਟੀਬਾਇਓਟਿਕਸ ਆ ਜਾਂ ਇੱਦਾਂ ਦੀਆਂ ਦਵਾਈਆਂ ਉਹਨਾਂ ਦਾ ਤਾਂ ਨਹੀਂ ਲੋਕਾਂ ਵਿੱਚ ਪੈਨਿਕ ਕਿ ਅਸੀਂ ਘਰ ਜਾ ਕੇ ਰੱਖ ਲਈਏ ਨਹੀਂ 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 ਜਿਹਨੂੰ ਲੋੜ ਉਹ ਲੈ ਕੇ ਜਾ ਉਹਨੇ ਇਹ ਸਿਰਫ ਜਿਹੜੀਆਂ ਆਪਾਂ ਕਹਿ ਲਈਏ ਕਰੋਨਾ ਦੇ ਰਿਲੇਟਡ ਹੈਗੀਆਂ ਐਂਟੀਬਾਇਓਟਿਕਸ ਉਹ ਫੋਨ 'ਤੇ ਲੈ ਔਡਰ ਕਰਦੇ ਆ ਜਾਂ ਘਰ ਜਿੱਦਾਂ ਇੱਥੇ ਆਣ ਕੇ ਮਿਲ ਜਾਂਦੇ ਆ ਨਾ ਵਟਸਐਪ ਕਰਦੇ ਆ ਸਾਨੂੰ ਦੇ ਦਿੰਦੇ ਆ ਘਰ ਜਾਗਦੇ ਹਨ ਤੇ ਤੁਸੀਂ ਜੋਮੈਟੋ ਦੇ ਥਰੂ ਡਿਲੀਵਰੀ ਕਰਦੇ ਜਾਂ ਆਪਣੇ ਰੱਖੇ ਹੋਏ ਆ ਬੰਦੇ ਰੱਖੇ ਆਪਣੇ ਬੰਦੇ ਰੱਖੇ ਉਹ ਦੇ ਦਿੰਦੇ ਅਤੇ ਹੋਰ ਕੁਛ ਕਹਿਣਾ ਚਾਹੋਗੇ ਪਬਲਿਕ ਨੂੰ ਵੀ ਪੈਨਿਕ ਜੇ ਆਉਂਦਾ ਆ ਇੱਦਾਂ ਦਾ ਅਤੇ ਕੀ ਉਹ ਜਿੱਦਾਂ ਇਸ ਦਵਾਈਆਂ ਨੂੰ ਲੈ ਕੇ ਐਡਵਾਂਸ ਵਿੱਚ ਇਕੱਠੀਆਂ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ 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 ਮਨਾ ਕਰਦੇ ਬਿਨਾ ਜ਼ਰੂਰਤ ਨਹੀਂ ਆਪਣਾ ਘਰ ਰਹੋ ਬਸ ਅੰਦਰ ਰਹੋ ਬਸ ਆਪਾਂ ਇਹ ਕਹਿੰਦੇ ਸਭ ਨੂੰ ਬਜ਼ੁਰਗਾਂ ਨੂੰ ਸਾਰਾ ਸਮਝਾਈਦਾ ਜੇ ਬਿਮਾਰ ਹੈ ਉਹਨੂੰ ਕਹਿੰਦੇ ਵੀ ਆਪਾਂ ਤੁਸੀਂ ਅੰਦਰ ਰਹੋ ਬਸ ਤੁਸੀਂ ਬਾਹਰ ਨਾ ਨਿਕਲੋ ਸਾਨੂੰ ਫੋਨ ਕਰਦਾ ਕਰੋ ਤੁਹਾਡੀ ਡਿਲੀਵਰੀ ਦੇ ਦਿਆ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਤੁਹਾਡਾ ਵੀ ਸਟੋਰ ਖੁੱਲ੍ਹਾ ਆ ਮੈਡੀਕਲ ਸਟੋਰ ਆਫ ਕੋਰਸ ਖੁੱਲ੍ਹਣਾ ਹੀ ਆ ਅਤੇ ਕਿੱਦਾਂ ਕਿੱਦਾਂ ਦੀਆਂ ਦਵਾਈਆਂ ਤੁਹਾਡੇ ਕੋਲੋਂ ਲੋਕ ਲੈ ਕੇ ਜਾਂਦੇ ਆ ਅਤੇ ਕਰੋਨਾ ਨੂੰ ਲੈ ਕੇ ਤਾਂ ਨਹੀਂ ਇੱਦਾਂ ਦੀ ਕੋਈ ਪੈਨਿਕ ਲੋਕਾਂ ਦੇ ਵਿੱਚ ਆਇਆ ਕਿ ਦਵਾਈਆਂ ਇਕੱਠੀਆਂ ਕਰ ਲਈਏ ਪਹਿਲਾਂ ਹੀ ਕੋਈ ਨਹੀਂ ਬਾਕੀ ਇੰਜੈਕਸ਼ਨ ਲਈ ਲੋਕ ਘੁੰਮ ਰਹੇ ਆ ਇੰਜੈਕਸ਼ਨ ਨਹੀਂ ਮਿਲ ਰਹੇ ਹੈਗੇ ਉਹ ਚੰਡੀਗੜ੍ਹ ਸਾਡੇ ਕੋਲ ਤਾਂ ਵੈਸੇ ਵੀ ਅਵੇਲੇਬਿਲਟੀ ਨਹੀਂ ਹੁੰਦੀ ਉਹਨਾਂ ਦੀ ਚੰਡੀਗੜ੍ਹ ਵਗੈਰਾ ਲੋਕ ਕਾਫੀ ਘੁੰਮ ਰਹੇ ਆ PGA ਦੇ ਨੇੜੇ ਤੇੜੇ ਉੱਧਰ ਇੰਜੈਕਸ਼ਨ ਮਿਲਦੇ ਥੋੜ੍ਹੀ ਸ਼ੋਰਟੇਜ ਹੈ ਅਤੇ ਜ਼ਿਆਦਾ ਲੋਕ ਆਣ ਕੇ ਲਿਜਾਂਦੇ ਆ ਜਾਂ ਤੁਸੀਂ ਵੀ ਔਨਲਾਈਨ ਔਡਰ ਕਰਦੇ ਆ ਤਾਂ ਡਿਲੀਵਰੀਆਂ ਕਰਦੇ ਵਟਸਐਪ ਕਰ ਦਿੰਦੇ ਆ ਅਤੇ ਘਰ ਸਪਲਾਈ ਦੇ ਦਿੰਦੇ ਮੁੰਡਾ ਸਾਡਾ ਜਾ ਕੇ ਦੇ ਜਾਂਦਾ ਅਤੇ ਹੋਰ ਕੁਛ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ ਮੈਡੀਸਿਨ ਲੈ ਕੇ ਮੈਂ ਪੈਨਿਕ ਨਾ ਰੱਖੋ ਬਸ ਹੋਰ ਕੋਈ ਗੱਲ ਨਹੀਂ ਆਪਣੇ ਘਰ ਰਹੋ ਮਾਸਕ ਲਾ ਕੇ ਬਾਹਰ ਆਓ ਅਤੇ ਦੋਸਤੋ ਇਹ ਸੀ ਕੈਮਿਸਟ ਸ਼ੋਪਸ ਦੇ ਓਨਰ ਦੱਸਿਆ ਆ ਕਿ ਮਜੋਰਟੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵਟਸਐਪ 'ਤੇ ਮੈਸੇਜ ਭੇਜ ਦਿੰਦੇ ਆ ਅਤੇ ਇਹ ਜਾ ਕੇ ਜਿਹੜੀਆਂ ਦਵਾਈਆਂ ਆ ਉਹਨਾਂ ਦੇ ਘਰ ਡਿਲੀਵਰ ਕਰੀ ਆਉਂਦੇ ਆ ਅਤੇ ਇੱਦਾਂ ਦਾ ਕੋਈ ਦੇਖਣ ਨੂੰ ਕਹਿੰਦੇ ਨਹੀਂ ਆ ਰਿਹਾ ਕਿ ਲੋਕਾਂ ਦੇ ਵਿੱਚ ਪੈਨਿਕ ਹੈਗਾ ਆ ਕਿ ਦਵਾਈਆਂ ਦੀ ਜਿਹੜੀ ਆ ਇੱਕ ਸਟੋਕ ਜਿਹੜਾ ਇਕੱਠਾ ਕਰਕੇ ਘਰ ਰੱਖਣ ਅਤੇ ਇਹ ਇਹਨਾਂ ਨੇ ਹਿਦਾਇਤ ਦਿੱਤੀ ਆ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ
ਔਨਲਾਈਨ ਡਿਲੀਵਰੀਜ਼ ਜਿਹੜੀਆਂ ਹੈਗੀਆਂ ਆ ਉਹ ਇੱਦਾਂ ਹੀ ਜਾਰੀ ਰਹਿਣਗੀਆਂ ਜਿੱਦਾਂ ਦੀ ਮਰਜ਼ੀ ਹੀ ਕੰਡੀਸ਼ਨ ਹੋਵੇ। ਅਤੇ ਦੋਸਤੋ ਅੱਗੇ ਵੀ ਚੱਲਾਂਗੇ ਅਤੇ ਤੁਹਾਡੇ ਨਾਲ ਆਪਾਂ ਕਰਾਂਗੇ ਹੋਰ ਵੀ ਇਸ ਕਰਫਿਊ ਦੀਆਂ ਤਸਵੀਰਾਂ, ਅਤੇ ਬਣੇ ਰਹੋ ਵੋਇਸ ਆਫ ਪੰਜਾਬ ਦੇ ਨਾਲ। ਮੈਨੂੰ ਦੇਵੋ ਇਜਾਜ਼ਤ, ਸਤਿ ਸ਼੍ਰੀ ਅਕਾਲ ਦੋਸਤੋ।